उच्चे बखत दे यार चुबारियां तू जरा पौड़ियां लेके गल कर वाह ते जिथे बांधा है शिकवे कर बांधा है मेरे सामने बह के गल कर वाह जी वाह ते अल्लाह हजरत आप से रांदा लेसी हर मोड़ ते कह के गल कर वाह जी वाह तेनु मैं बंदे आज तई ऐश कराइए जरा औकात च रह के गल कर वाह जी वाह क्या बात है यार मजा करा रहे थे। मैं मियां अली चू आया ठीक है ते असा ना भाई नाल वीडियो बनावना है स्पेशल ਅਤੇ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਨੇ ਸਾਰਾ ਵੈਲਕਮ ਕੀਤਾ। ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਕਿਆ ਹਾਲ ਤੁਸੀਂ ਠੀਕ ਹੋ ਤੁਸੀਂ ਠੀਕ ਹੈ ਮੈਂ ਹਾਂ ਮੁਹੰਮਦ ਨਈਮ ਔਰ ਤੁਸੀਂ ਯੂਟਿਊਬ ਚੈਨਲ ਦੇ ਪਿਆ ਉੱਥਲ ਵਲੌਗ ਵੀ ਉਮੀਦ ਕਰਨਾ ਤੁਸੀਂ ਸਭ ਦੋਸਤ ਖੈਰ ਖਰੀਏ ਤੇ ਨਾਲ ਉਸ ਅੱਜ ਦਾ ਵਲੌਗ ਬਹੁਤ ਮਜ਼ੇਦਾਰ ਬਣਨ ਵਾਲਾ ਹੈ ਤੇ ਜਿਹਨੇ ਦੋਸਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲੇ ਸਾਰੇ ਚੈਨਲ ਸਬਸਕ੍ਰਾਈਬ ਕਰਕੇ ਨੇ ਫਿਰ ਸ਼ੁਰੂ ਕਰਦੇ ਅੱਜ ਦੀ ਮਜ਼ੇਦਾਰ ਵੀਡੀਓ। ਅੱਜ ਦਾ ਵਲੌਗ ਹੀ ਮੈਂ ਖਾਸ ਬਣਨ ਵਾਲਾ ਕਿ ਮੇਰੇ ਕੁਝ ਦੋਸਤ ਆਂਦੇ ਪਰ ਬਹੁਤ ਦੂਰ ਆਂਦੇ ਪੈਣ ਉਹਨਾਂ ਨਾਲ ਵੀ ਮਿਲਵਾ ਸੂ ਕਿ ਕਿੱਥੋਂ ਕਿਤੋਂ ਆਂਦੇ ਪੈਣ ਤੇ ਪਹਿਲੀ ਮੁਲਾਕਾਤ ਹੈ ਉਹਨਾਂ ਨਾਲ ਮੈਂ ਅੱਗੇ ਕਿ ਨਹੀਂ ਨਾਮ ਉਹਨਾਂ ਮੇਰੇ ਨਾਲ ਮੁਲਾਕਾਤ ਕੀਤੀ ਤੇ ਮੈਂ ਮੁਲਾਕਾਤ ਕੀਤੀ ਹੈ ਤੇ ਮੈਂ ਏਜੰਟ ਰਾਬਤਾ ਥੀ ਹੈ ਤੇ ਉਹ ਮੇਰੇ ਕੋਲ ਆਉਂਦੇ ਪੈਣ ਤੇ ਉਹਨਾਂ ਨਾਲ ਵੀ ਮਿਲਵਾ ਸੂ ਜਲਦ ਮੇਰੇ ਕੋਲ ਹੁਣ ਅਰਜੈਂਟ ਅਰਜੈਂਟ ਉਹਨਾਂ ਕਾਲ ਆਈ ਹੈ ਕਿ ਸਾਹ ਦੇ ਪੈ ਮੈਂ ਠੀਕ ਆ ਵਾਂ ਮੋਸਟ ਵੈਲਕਮ ਤੇ ਉਹ ਪਹੁੰਚਣ ਵਾਲੇ ਹੁਣ ਤੇ ਉਹਨਾਂ ਨਾਲ ਵੀ ਮਿਲਵਾ ਨਾ ਤੇ ਗੱਪ ਛੱਪ ਲਿਆ ਸੂ ਜਿਹੜਾ ਵੀ ਮਾਹੌਲ ਸੀ ਬ੍ਰਾਵਨ ਸ਼ੇਅਰ ਕਰੇ ਸੂ ਸਾਰ ਨਾਲ ਰਸੋ ਜੀ ਭਾਈ ਜਾਨ ਜਿਸ ਭਾਈ ਦਾ ਇੰਤਜ਼ਾਰ ਹੈ ਇੱਕ ਭਾਈ ਆ ਗਿਆ ਤੇ ਰੂ ਭਾਈ ਹੈ ਨਾ ਹੋਰ ਨਾ ਜੀ ਦੋ ਭਾਈ ਹੈ ਨਾ ਦੋ ਭਾਈ ਹੋਰ ਆਦੇ ਪਨ ਉਹਨਾਂ ਨਾਲ ਵੀ ਤੁਹਾਨੂੰ ਮਿਲਵਾਣਾ ਜੀ ਭਾਈ ਆਪਣਾ ਨਾਮ ਦੱਸੋ ਜ਼ਰਾ ਜੀ ਮੇਰਾ ਨਾਮ ਮੁਹੰਮਦ ਬਿਲਾਲ ਹੈ ਤੇ ਮੈਂ ਮੀਆਂ ਵਾਲੀ ਚੋਂ ਆਇਆ ਠੀਕ ਹੈ ਤੇ ਅਸਾਂ ਨਾ ਭਾਈ ਨਾਲ ਵੀਡੀਓ ਬਣਾਉਣਾ ਹੈ ਸਪੈਸ਼ਲ ਤੇ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਨੇ ਸਾਰਾ ਵੈਲਕਮ ਕੀਤੇ ਮੋਸਟ ਵੈਲਕਮ ਲਾਲਾ ਜੀ ਇਸ ਗੱਲ ਹੈ ਅੱਲਾ ਖੈਰ ਕਰੇ ਤੁਹਾਡਾ ਆਪਣਾ ਘਰ ਹੈ ਭਾਈ ਜਾਨ ਜੀ ਹੈ ਬਿਲਕੁਲ ਤਾਂ ਇਹ ਵੀ ਮੁਹੱਬਤ ਇਹਨਾਂ ਦੀ ਬਰਾਦੀ ਕਿ ਮੀਆਂ ਵਾਲੀ ਜੋ ਆਏ ਨੇ ਮੇਰੇ ਕੋਲ ਇਤਨੇ ਦੂਰ ਦੇ ਕਿਹੜਾ ਵੀ ਯਾਰ ਦੋਸਤ ਮਤਲਬ ਕਿ ਇਹ ਨਹੀਂ ਆਏ ਦੇ ਘਰ ਇਹਨਾਂ ਤੁਹਾਡੀ ਵੀਵਰਾਂ ਦੀ ਸਪੋਰਟ ਹੈ ਕਿ ਮੀਆਂ ਵਾਲੀ ਚੋਂ ਭਾਈ ਆਏ ਸਪੈਸ਼ਲ ਸਾਕੋ ਮਿਲਣ ਅਤੇ ਦੋ ਬਾਈ ਹੋਰ ਵੀ ਆਉਂਦੇ ਪੈਣ ਉਹਨਾਂ ਨਾਲ ਵੀ ਤੁਹਾਨੂੰ ਜਲਦ ਮਿਲਵਾਣੇ ਆ ਜੀ ਭਾਈ ਜਾਨ ਜਿਹਨਾਂ ਦੀ ਇੰਤਜ਼ਾਰ ਹੈ ਇੱਕ ਬਾਈ ਤਾਂ ਪਹਿਲੇ ਆਲਰੇਡੀ ਪਹੁੰਚ ਚੁੱਕਾ ਹੈ ਚਾਚੂ ਜੀ ਵੀ ਆ ਗਏ ਇਹਨਾਂ ਦੇ ਨਾਲ ਹਨ ਇਹ ਸਾਡਾ ਦੋਸਤ ਹੈ ਕਿ ਅਫਤਾਬ ਭਾਈ ਤਾਂ ਉਹਨਾਂ ਦੇ ਅਫਤਾਬ ਨਿਆਜ਼ੀ ਉਸ ਦਾ ਵੀ ਵਾਲਿਦ ਸਾਹਿਬ ਹਨ ਅਤੇ ਇਹ ਭਾਈ ਇਹ ਤੇਰੇ ਭਾਈ ਜਾਨ ਆਪਣਾ ਨਾਮ ਦੱਸਿਆ ਸੋ ਮੁਹੰਮਦ ਨਾਸਰ ਖਾਨ ਤੁਸੀਂ ਵੀ ਮੀਆਂ ਵਾਲੀ ਚੋਂ ਆਏ ਮੀਆਂ ਵਾਲੀ ਸੇ ਇਹ ਆਪਸ ਕਿਹ ਲੱਗਦੇ ਹੋ ਭਾਈ ਵੇ ਹਾਂ ਭਾਈ ਹੈ ਬਸ ਮਾਸ਼ਾਅੱਲਾ ਤੇ ਇਹ ਅਫਤਾਬ ਭਾਈ ਦੇ ਵਾਲਿਦ ਸਾਹਿਬ ਹਨ ਚਾਚੂ ਆਪਣਾ ਨਾਮ ਦੱਸਿਆ ਸੋ ਜ਼ਰਾ ਹਬੀਬੁੱਲਾ ਖਾਨ ਹਬੀਬੁੱਲਾ ਖਾਨ ਨਿਆਜ਼ੀ ਤਾਂ ਮਾਸ਼ਾਅੱਲਾ ਗੱਪਸ਼ਪ ਲੈਂਦੇ ਪਏ ਕੋਈ ਚੈਨਲ ਦੀ ਭਾਈ ਦੀ ਸੈਟਿੰਗ ਵੀ ਕਰਨੀ ਉਹ ਵੀ ਕਰ ਦੇਣੇ ਆ ਤੇ ਮਜ਼ੀਦ ਵੀ ਤੁਹਾਨੂੰ ਨਾਲ ਸ਼ੇਅਰ ਕਰ ਸੋ ਕਾਫੀ ਦੇਰ ਤਾਈਂ ਗੱਪ ਸ਼ੱਪ ਵੀ ਲਾਈ ਸੀ ਤਾਂ ਜਿਤਨੀ ਹੋ ਸਕੀ ਹੈ ਖਿਦਮਤ ਵੀ ਕੀਤੀ ਸੀ ਤਾਂ ਭਾਈ ਹੁਣੀ ਹੁਣ ਆਦਨ ਕੇ ਸਵੈਨੇ ਹੈ ਤਾਂ ਅੱਛਾ ਇਹ ਦੱਸੋ ਸਭ ਤੋਂ ਪਹਿਲੇ ਭਾਈ ਜਾਨ ਬਿਲਾਲ ਹੈ ਨਾ ਤੇਰਾ ਨਾਂ ਜੀ ਹੈ ਭਾਈ ਬਿਲਾਲ ਤੂੰ ਆਪਣਾ ਨਾਂ ਦੱਸੇ ਸੀ ਮੁਹੰਮਦ ਨਾਸਰ ਹਾਂ ਮੁਹੰਮਦ ਨਾਸਰ ਸਹੀ ਹੈ ਤੇ ਅੱਛਾ ਇਹ ਦੱਸੋ ਸਾਰਾ ਇਲਾਕਾ ਕਿਵੇਂ ਲੱਗਾ ਤੁਹਾਨੂੰ ਤਾਂ ਇਸ ਇਲਾਕੇ ਤਾਂ ਤੁਸੀਂ ਪਹਿਲੀ ਵਾਰ ਆਏ ਵੈਸੇ ਤੁਸੀਂ ਉਹਦੇ ਆਫਤਾਬ ਭਾਈ ਕੋਲ ਤਾਂ ਆਉਂਦੇ ਹੋ ਸਵਾਰ ਰੈਡੀ ਲੇਕਿਨ ਇਸ ਇਲਾਕੇ 'ਚ ਕਿਵੇਂ ਇਲਾਕਾ ਹੈ ਜੀ ਮਾਸ਼ਾਅੱਲਾ ਤੁਹਾਡਾ ਇਲਾਕਾ ਬਹੁਤ ਅੱਛਾ ਹੈ ਤੇ ਇੱਥੇ ਸਾਂ ਵਿਜ਼ਿਟ ਵੀ ਕੀਤਾ ਹੈ ਮਾਸ਼ਾਅੱਲਾ ਬਹੁਤ ਹੀ ਨਾਈਸ ਜਗ੍ਹਾ ਹੈ ਤੇ ਬੜਾ ਵਲੌਗ ਚਲੋ ਵੀ ਤੁਹਾਨੂੰ ਵੇਦਰ ਆਨੇ ਹੋ ਜੀ ਸਹੀ ਹੈ ਮਾਸ਼ਾਅੱਲਾ ਤੁਸੀਂ ਬੜੇ ਅੱਛੇ ਕੰਮ ਕਰ ਰਹੇ ਹੋ ਇਸ ਤੇ ਸ਼ੁਕਰੀਆ ਭਾਈ ਜਾਨ ਤੇ ਬਾਕੀ ਤੁਹਾਡੇ ਕੋਲ ਆਇਆ ਤੁਸੀਂ ਸਾਡੀ ਬੜੇ ਮਦਦ ਕੀਤੀ ਹੈ ਕੋਈ ਮਸਲਾ ਕੋਈ ਨਹੀਂ ਮੇਰਾ ਵੀਰਾ ਤੁਹਾਡਾ ਆਪਣਾ ਘਰ ਹੈ ਅੱਲਾ ਖੈਰ ਕਰੇ ਕੋਈ ਮਸਲਾ ਕੋ ਨਹੀਂ ਅੱਲਾ ਤੁਹਾਨੂੰ ਹੋਰ ਕਾਮਯਾਬੀ ਦੇਵੇ ਅਸੀਂ ਤਾਂ ਦੁਆਈ ਕਰ ਸਕਦੇ ਹਾਂ ਆਮੀਨ ਸਾਰੇ ਚੈਨਲ ਦੇ ਬਾਰੇ ਤਾਂ ਆਗ ਚੜੋ ਯਾਰ ਲਾਈ ਭਾਈ ਇਹਨਾਂ ਦੇ ਚੈਨਲ ਹੈ ਥਲ ਵਲੌਗ ਠੀਕ ਹੈ ਤੇ ਉਹਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੇ ਸੋ ਹਾਂ ਇਹ ਰੋਜ਼ੀ ਖਾਨ ਵਾਲਾ ਗੋਲੀ ਸ਼ੋਲੀ ਚੰਗੀ ਖੜਕਾਉਣੀ ਹੈ ਤੁਸੀਂ ਇਹ ਰੋਜ਼ੀ ਖਾਨ ਦੇ ਇਲਾਕੇ ਦੇ ਨੂੰ ਰੋਜ਼ੀ ਖਾਨ ਤੁਹਾਡੇ ਚੌਕਾ ਨਾਲ ਤੀ ਮੈਂ ਜੀ ਆ ਬਈ ਨੇੜੇ ਤਕਰੀਬਨ ਇਹ ਰੋਜ਼ੀ ਖਾਨ ਦੇ ਨਾਲ ਇਹਨਾਂ ਦਾ ਮਤਲਬ ਘਰ ਹੈ ਤਾਂ ਅੱਲਾ ਖੈਰ ਕਰੇ ਕਿ ਜ਼ਿੰਦਗੀ ਰਹੀ ਤੇ ਰੋਜ਼ੀ ਖਾਨ ਨਾਲ ਮਿਲ ਸੂ ਤੇ ਇਹਨਾਂ ਨਾਲ ਵੀ ਜ਼ਰੂਰ ਮਿਲ ਸੂ ਇਨਸ਼ਾਅੱਲਾ ਜ਼ਰੂਰ ਤੇ ਹੱਥ ਥੋੜਾ ਜਿਹਾ ਹਲਾ ਛੜੇ ਸੋ ਜੀ ਇਹਨਾਂ ਭਾਈਆਂ ਦੀ ਫਰਮਾਇਸ਼ ਤੇ ਇੱਕ ਸਪੈਸ਼ਲ ਦੌੜਾ ਕਿ ਉੱਚੇ ਬਖਤ ਦੇ ਯਾਰ ਚੁਬਾਰਿਆਂ ਤੂੰ ਜ਼ਰਾ ਪੌੜੀਆਂ ਲੈ ਕੇ ਗੱਲ ਕਰ ਵਾਹ ਤੇ ਜਿੱਥੇ ਬਾਂਧਾ ਹੈ ਸ਼ਿਕਵੇ ਕਰ ਬਾਂਧਾ ਹੈ ਮੇਰੇ ਸਾਹਮਣੇ ਬਹਿ ਕੇ ਗੱਲ ਕਰ ਵਾਹ ਜੀ ਵਾਹ ਤੇ ਅੱਲਾ ਹਜ਼ਰਤ ਆਪ ਸੇ ਰਾਂਦਾ ਲੈਸੀ ਹਰ ਮੋੜ ਤੇ ਕਹਿ ਕੇ ਗੱਲ ਕਰ ਵਾਹ ਜੀ ਵਾਹ ਤੈਨੂੰ ਮੈਂ ਬੰਦੇ ਅੱਜ ਤਈ ਐਸ਼ ਕਰਾਈਏ ਜ਼ਰਾ ਔਕਾਤ ਚ ਰਹਿ ਕੇ ਗੱਲ ਕਰ ਵਾਹ ਜੀ ਵਾਹ ਕੀ ਬਾਤ ਹੈ ਯਾਰ ਮਜ਼ਾ ਕਰਾ ਰਹੇ ਤੈ ਸਾਹਮਣੇ ਦੀਵਾਰਾਂ ਤੋਂ ਸੜੇ ਦੇ ਪਿਆ ਉਸ ਨਾ ਇਹ ਦੀਵਾਰਾਂ ਅਸਾਂ ਕਰੇਂਦੇ ਪੈਸੇ ਪਲਸਤਰ ਕਿਉਂਕਿ ਦੀਵਾਰਾਂ ਖਰਾਬ ਥੀ ਗਈਆਂ ਸੀਮੈਂਟ ਪਤਾ ਨਹੀਂ ਖਰਾਬ ਆਈ ਜਾਂ ਰੇਤ ਦੀ ਵਜ੍ਹਾ ਤੋਂ ਤਾਂ ਇਹ ਅਸਾਂ ਛਿਲ ਗਿਦੀਆਂ ਨੂੰ ਤੂੰ ਮਤਲਬ ਛਿੰਬ ਗਿਦੀ ਅਸੇ ਹਥੌੜੇ ਨਾਲ ਸਾਹਮਣੇ ਤਾਂ ਇਹ ਮਿਸਤਰੀਆਂ ਦਾ ਪਿਆ ਜਲਦ ਤਾਂ ਇਹ ਜਿਹੜੀਆਂ ਦੀਵਾਰਾਂ ਨਾ ਜਿੱਥੋਂ ਇਹ ਮੁਰੰਮਤੀ ਕਰਨ ਵਾਲੀ ਇਹ ਬਾਤ ਜਲਦ ਅਸਾਂ ਮੁਰੰਮਤੀ ਕਰਾ ਛੁੜੇ ਸੋ ਜੀ ਭਾਈ ਜਾਨ ਅਸਾਂ ਇਸ ਵਕਤ ਬਣਾਉਂਦੇ ਪਏ ਪਤੰਗ ਹਮਾਦ ਭਾਈ ਮੈਨੂੰ ਆਖਿਆ ਹੈ ਛੋਟੇ ਕਜ਼ਨ ਹਮਾਦ ਆ ਕੇ ਮੈਨੂੰ ਪਤੰਗ ਬਣਾ ਦੇਵਾ ਉਹ ਦਾਮਣ ਹੈ ਅਤੇ ਮੈਂ ਆਖਿਆ ਚਲੋ ਮੈਂ ਬਣਾ ਦੇਣਾ ਆਪਣੇ ਫੀਵਰਾਂ ਨਾਲ ਵੀ ਸ਼ੇਅਰ ਕਰਨਾ ਹੁਣ ਪਤੰਗ ਬਣਾਉਣਾ ਪਿਆ ਤੁਸੀਂ ਵੀ ਦੇ ਦਿਆ ਮੈਂ ਕਿਸ ਤਰ੍ਹਾਂ ਬਣਾਉਣਾ ਇਹ ਸਾਰੇ ਕੋਲ ਲੂਹ ਹਨ ਤੀਲੀਆਂ ਇਹ ਅਸਾਂ ਨਾਲ ਇੱਥੇ ਤੀਲੀਆਂ ਲੈ ਸੂ ਇਹ ਸਾਰੇ ਕੋਲ ਧਾਗਾ ਹੈ ਗੋਟਾ
चुका है ते होनी तो धागा लेंदे पे ते बाकी उडैसो भी सही देखा है उल्टा है या मेरा कामयाब तजर्बा की करांदा होनी दे खंब लेने हैं बारो बारो खंब हमारा तो खंब बड़ा बाय पतंग बनाया से लेकिन कामयाब तजर्बा सारा कौन थी पतंग खराब भाई सन तरीका कौन बनावण का लेकिन असं अपने तरीके बनाया लेकिन वो तरीका कामयाब सारे कि नहीं थी तो वो हूँ सारा तरीका नेल थी गया माल्टे खाने द मोस्ट वेलकम हूँ सिखाते पे माल्टे किन्नू एक ही शै किन्नू है किन्नू खा किनू तुस खाने तला ला गिनते खा कि ना कि वादी है अस तो पाए खाते मेरे तो मुँह पानी आ गया किन्नू होने पर भाई जाने हाथ सीधा है लेकिन थोड़े तुसा जिस वीडियो में दे पे उस हाथ खबा लगता पे क्योंकि मैं फ्रंट कैमरा यूज करा पे शाम का टाइम है शाम टाइम माल्टे खाने का मजा ही कुछ होर है ये माल्टा जल्दी खा फिर मुकाबला लो दो माल्टे हैं ई है कमादी दा है मेरा हम मुकाबला लेने के पहले का काम है चल चल खा ले और मुकाबला शुरू तेरे टोकला में फिर हम गो करा 1 2 3 गो चल भाई शुरू अब कैमरा सामने कौन देखो खावना पहले कौन खांदा ये गिना है ओए 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 जतनी नाले जी पहले मैं खा गया चल खा ही सही हूँ शाम का टाइम थी गया तो कुछ मैं काम भी करने ते मैं कहा क्यों ना सब तो पहले वीडियो तो एंड करके ते पिछले बाद जो भी काम है उसने वो मुकाया सा ते उम्मीद करें कि वीडियो थोको अच्छी लगी उसी जगह सारी वीडियो अच्छी लगे तो सारे चैनल भी सब्सक्राइब करे सो आज की वीडियो बहुत जबरदस्त बनी हुई आई दोस्तों वाच करनी हाँ वाच फॉल मैंने सब तो खुशी आज इतनी थी है बहुत ज़्यादा थी है क्यों खुशी थी है तो पता उसी मेरे इतनी दूरों फैन है स्पेशली मैं मिलन मियाँ वाली चू मेरी बहुत खुशी थी है कि यार मेरी वीडियो मियाँ वाली जवाब दे दी पी वाह जी वाह क्या बात है यार मोहब्बतन बिरामा दी मोहब्बतन मजीद तुसे शेयर हाँ मजीद तुसे शेयर कर सो आवाम हथों मेरे बै वीवर नैक्सट टाइम नवे वीवर मजीद तुस पढ़ाओ तो सबसक्राइब टू सबसक्राइब करो तो मिलते हैं इंशाल्लाह नवे ब्लॉग नाल अल्लाह हाफिज बाय बाय हमारी आख चैनल सब्सक्राइब करें तो सर चैनल सब्सक्राइब करो लाइक करो तो शेयर करो।